ਯਾ ਚਲੋ, ਇਹ ਤਾਂ ਜਿਹੜੀ ਸੀਗੀ ਇਸ ਦੇ ਬਾਬਤ ਜਿਹੜੀ ਉਹ ਗੱਲਬਾਤ ਹੈ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਉਹ ਗੱਲ ਕਰੀਏ, ਆਪਾਂ ਬੀਤੇ ਦਿਨਾਂ ਦੇ ਵਿੱਚ ਕੁਛ ਹਫ਼ਤਿਆਂ ਪਹਿਲਾਂ ਇੱਕ ਖਬਰ ਬੜੀ ਮੰਦਭਾਗੀ ਖਬਰ ਸੀਗੀ ਵੀ ਟੈਕਸਸ ਦੇ ਵਿੱਚ ਟਰੱਕ ਦੇ ਵਿੱਚ ਲਾਸ਼ਾਂ ਜਿਹੜੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਕਹਿੰਦੇ ਵੀ ਹਿਊਮਨ ਸਮਗਲਿੰਗ ਦਾ ਕੇਸ ਜਿਹੜਾ ਬਾਅਦ ਦੇ ਵਿੱਚ ਉਹ ਦੱਸਿਆ ਗਿਆ। ਉਸ ਮਾਮਲੇ 'ਚ 2 ਜਾਣਿਆਂ ਨੂੰ ਹੁਣ ਇੰਡਾਈਟ ਕੀਤਾ ਗਿਆ, 53 ਜਾਣਿਆਂ ਦੀ ਉਸ ਟੈਕਸਸ ਟ੍ਰੈਜਡੀ ਦੇ ਵਿੱਚ ਮੌਤ ਹੋਈ ਸੀ। ਜੀ ਬਿਲਕੁਲ। ਸੋ 2 ਜਣਿਆਂ ਨੂੰ ਇਹਨਾਂ ਨੇ ਇੰਡਾਈਟ ਕੀਤਾ, ਜਿਹਨਾਂ ਨੇ ਨਹੀਂ ਖਬਰ ਸੁਣੀ। ਸੋ ਜੂਨ ਦੇ ਵਿੱਚ 50 ਬੰਦੇ ਮਰ ਗਏ ਸੀਗੇ ਤੇ 3 ਬੱਚੇ ਮਰ ਗਏ ਸੀਗੇ। ਇਹ ਜਿਹੜਾ ਟਰੈਕਟਰ ਟ੍ਰੇਲਰ ਸੀਗਾ ਸੈਨ ਐਂਟੋਨੀਓ ਦੇ ਲਾਗੇ ਖਾਲੀ ਛੱਡ ਕੇ ਜਿਹੜਾ ਡਰਾਈਵਰ ਸੀਗਾ ਭੱਜ ਗਿਆ ਸੀਗਾ, ਤੇ ਹੁਣ ਜਿਹੜੀ ਫੈਡਰਲ ਗ੍ਰੈਂਡ ਜੂਰੀ ਆ ਉਹਨੇ ਇੰਡਿਕਟ ਕੀਤਾ ਇਹ 2 ਜਣਿਆਂ ਨੇ ਹਿਊਮਨ ਸਮਗਲਿੰਗ ਦੇ ਰਿਲੇਟਡ। ਤੇ ਇਹ ਜਿਹੜਾ ਹਾਦਸਾ ਦੱਸਦੇ ਜਾਈਏ ਕਿ ਇਹ ਡੈਡਲੀਐਸਟ ਹਾਦਸਾ ਹਿਸਟਰੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਨੂੰ ਲੈ ਕੇ, ਕਿ ਇੰਨੇ ਜਣੇ ਜਿਹੜੇ 50 ਲਾਸ਼ਾਂ ਤੁਹਾਨੂੰ ਮਿਲੀਆਂ, 3 ਬੱਚੇ ਮਰ ਗਏ। ਤੇ ਇਹਦੇ ਵਿੱਚ 2 ਜਣੇ ਆ, ਇੱਕ ਹੋਮੈਰੋ ਜ਼ੋਮਰੈਨੋ, ਇਹ ਦੋਨੋਂ ਜਣੇ ਟੈਕਸਸ ਦੇ ਸੀਗੇ, ਤੇ ਇੱਕ ਕ੍ਰਿਸਚੀਅਨ ਮਾਰਟੀਨਸ, ਇਹ 28 ਸਾਲ ਦਾ ਬੰਦਾ ਸੀਗਾ। ਇਹਨਾਂ ਨੂੰ ਉਹਨਾਂ ਨੇ ਕੋਨਸਪਰੇਸੀ ਟੂ ਟਰਾਂਸਪੋਰਟ ਤੇ ਟਰਾਂਸਪੋਰਟੇਸ਼ਨ ਆਫ ਮਾਈਗ੍ਰੈਂਟਸ ਇਲੀਗਲੀ ਰਿਜ਼ਲਟਿੰਗ ਇਨ ਡੈਥ ਤੇ ਸੀਰੀਅਸ ਇੰਜਰੀ, ਇਹ ਧਾਰਾਵਾਂ ਦੇ ਥੱਲੇ ਇਹਨਾਂ ਨੂੰ ਇਹਨਾਂ ਨੇ ਅਰੈਸਟ ਕੀਤਾ ਸੀਗਾ, ਚਾਰਜ ਲਾਏ ਸੀਗੇ। ਤੇ ਇਹਦੀ ਇਹਨਾਂ ਨੂੰ ਉਮਰ ਕੈਦ ਜਾਂ ਡੈਥ ਪੈਨਲਟੀ ਦੀ ਸਜ਼ਾ ਇਹਨਾਂ ਨੂੰ ਹੋ ਸਕਦੀ ਆ ਜੇ ਇਹ ਸਿਰਫ ਇਸ ਚੀਜ਼ ਦੀ ਇਹਨਾਂ ਦੀ ਕਨਵਿਕਸ਼ਨ ਹੁੰਦੀ ਹੈ। ਮਤਲਬ ਕਿ ਉਹਨਾਂ ਨੇ ਇਹ ਦੇਖਣਾ ਕਿ ਸਿਰਫ ਇਹ ਵਾਲੇ ਚਾਰਜਸ 'ਤੇ ਜੇ ਇਹਨਾਂ ਦੀ ਕਨਵਿਕਸ਼ਨ ਹੁੰਦੀ ਹੈ ਕਿ ਇਹ ਕੋਨਸਪਰੇਸੀ 'ਚ ਇਹਨਾਂ ਨੇ ਇੰਗੇਜ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਤੇ ਇਹਨਾਂ ਨੂੰ ਆਹ ਸਜ਼ਾ ਹੋ ਗਈ। ਮਿਨੀਮਮ ਇਹਨਾਂ ਨੂੰ ਜਿਹੜੀ 20 ਸਾਲ ਤੱਕ ਦੀ ਸਜ਼ਾ ਇਹਨਾਂ ਨੂੰ ਜਿਹੜੀ ਉਹ ਹੋ ਸਕਦੀ ਹੈ। ਜਿਹੜਾ ਮੈਰਿਕ ਗਾਰਲੈਂਡ ਆ ਉਹ ਡਿਸਾਈਡ ਕਰੂਗਾ ਕਿ ਹੁਣ ਡੈਥ ਪੈਨਲਟੀ ਦੇਣੀ ਕਿ ਨਹੀਂ ਦੇਣੀ। ਡੈਥ ਪੈਨਲਟੀ ਦਾ ਵੀ ਕਾਫੀ ਵੱਡਾ ਇਸ ਕੰਟਰੀ ਦੇ ਵਿੱਚ ਡਿਬੇਟ ਆ। ਸੋ ਹੁਣ ਇੱਕ ਬਾਇਡਨ ਐਡਮਿਨਿਸਟ੍ਰੇਸ਼ਨ ਜਿਹੜੀ ਕਿ ਕਹਿੰਦੀ ਆ ਕਿ ਇਮੀਗ੍ਰੇਸ਼ਨ ਦਰਵਾਜ਼ੇ ਖੋਲ੍ਹ ਦਿਓ, ਡੋਰ ਖੋਲ੍ਹ ਦਿਓ, ਪ੍ਰੋ ਇਮੀਗ੍ਰੈਂਟ ਆ, ਪਰ ਜਿਹੜਾ ਅਗਲਾ ਬੰਦਾ ਇਹਨਾਂ ਨੇ ਸਮਗਲਿੰਗ ਕਰਦੇ ਕਰਦੇ ਇਹਨਾਂ ਦੇ ਟਰੱਕ ਦੇ ਵਿੱਚ ਕੂਲਿੰਗ ਸਿਸਟਮ ਵਗੈਰਾ ਖਰਾਬ ਸੀਗਾ, ਇੰਨੀਆਂ ਮੌਤਾਂ ਹੋਈਆਂ। ਸੋ ਹੁਣ ਆਹ ਜਿਹੜੀ ਚੀਜ਼ ਦੇਖਣ ਵਾਲੀ ਆ ਕਿ ਆਹ ਸੇਮ ਸਰਕਾਰ ਡੈਥ ਪੈਨਲਟੀ ਆਸਕ ਕਰੂਗੀ ਕਿ ਨਹੀਂ ਕਰੂਗੀ। ਸੋ ਉਹਦੇ ਉੱਤੇ ਵੀ ਕਾਫੀ ਜਿਹੜਾ ਵਿਵਾਦ ਉਹ ਛਿੜੂਗਾ ਕਿ ਜੇ ਡੈਥ ਪੈਨਲਟੀ ਦਿੱਤੀ ਤਾਂ ਵੀ ਪ੍ਰੋਬਲਮ 'ਚ ਆ, ਜੇ ਨਾ ਦਿੱਤੀ ਤਾਂ ਵੀ ਪ੍ਰੋਬਲਮ 'ਚ ਆ। ਜੇ ਡੈਥ ਪੈਨਲਟੀ ਦੇਤੀ ਤਾਂ ਰਿਪਬਲਿਕਨ ਕਹਿਣਾ ਕਿ ਆਹ ਬੜਾ ਸਹੀ ਕੀਤਾ ਕਿ ਇਹ ਵੀ ਸਰਕਾਰ ਸਾਡੇ ਨਾਲ ਦੀ ਆ, ਇਹ ਵੀ ਲੋਕਾਂ ਨੂੰ ਜਿਹੜਾ ਟੰਗਦੀ ਆ। ਸੋ ਇਹਦੇ ਵਿੱਚ 53 ਬੰਦੇ, ਜਨਾਨੀਆਂ, ਬੱਚੇ, 53 ਜਾਣੇ ਇਹਦੇ ਵਿੱਚ ਡੈੱਡ ਪਾਏ ਗਏ ਸੀਗੇ ਜੂਨ 27 ਨੂੰ। ਸੈਨ ਐਂਟੋਨੀਓ ਪੁਲਿਸ ਨੇ ਜਦੋਂ ਉਹਨਾਂ ਨੂੰ 911 ਕਾਲ ਗਈ, ਸੋ ਟੈਂਪਰੇਚਰ ਕਹਿੰਦੇ 100 ਡਿਗਰੀ ਤੋਂ ਵੀ ਜ਼ਿਆਦਾ ਚੱਲ ਗਿਆ ਸੀਗਾ। ਜਿਹੜਾ ਟਰੱਕ ਦਾ ਕੂਲਿੰਗ ਸਿਸਟਮ ਸੀਗਾ ਉਹ ਖਰਾਬ ਸੀਗਾ, ਅਤੇ ਕਾਫੀ ਲੋਕ ਜਿਹੜੇ ਸੀਗੇ ਕਈ ਟਰੱਕ ਦੇ ਵਿੱਚ ਹੀ ਮਰੇ ਪਏ ਸੀਗੇ, ਕਈ ਟਰੱਕ ਤੋਂ ਬਾਹਰ ਡਿੱਗੇ ਸੀਗੇ, ਕਈ ਨੇੜੇ ਜਿਹੜੀਆਂ ਝਾੜੀਆਂ ਉਹਦੇ ਵਿੱਚ। ਅਤੇ 10 ਬੰਦੇ ਇੱਦਾਂ ਦੇ ਸੀਗੇ ਜਿਹਦੇ ਵਿੱਚ ਬੱਚੇ ਵੀ ਸੀਗੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਸੀਗੇ। ਕਹਿੰਦੇ ਟੈਂਪਰੇਚਰ ਇੰਨਾ ਜ਼ਿਆਦਾ ਰਾਈਜ਼ ਹੋ ਗਿਆ ਸੀਗਾ ਕਿ ਬ੍ਰੇਨ ਸੈੱਲ ਵਗੈਰਾ ਲੋਕਾਂ ਦੇ ਜਿਹੜੇ ਡੈੱਡ ਹੋ ਗਏ ਸੀਗੇ, ਸਕਿਨ ਵਗੈਰਾ ਜਿਹੜੀ ਸੜ ਗਈ ਸੀਗੀ। ਬਾਹਲੀਆਂ ਜੇ ਡਿਟੇਲ ਦੇ ਵਿੱਚ ਨਾ ਜਾਈਏ ਤਾਂ ਇਹਦੇ ਵਿੱਚ ਇੱਕ ਬੰਦਾ ਸੀਗਾ ਰੋਬਰਟ ਕੁਇੰਟੈਰੋ, ਉਹ ਇੱਕ ਹੋਰ ਟਰੱਕਰ ਸੀਗਾ, ਉਹ ਲਾਗੋ ਲੰਘ ਰਿਹਾ ਸੀਗਾ ਅਤੇ ਉਹਨੇ ਦੇਖਿਆ ਅਤੇ ਕਹਿੰਦਾ ਥੱਲੇ ਉਤਰਿਆ। ਅਤੇ ਇੱਕ ਕਹਿੰਦਾ ਛੋਟੀ ਜਿਹੀ ਕੁੜੀ ਨੇ ਆ ਕੇ ਮੇਰੀ ਬਾਂਹ ਫੜ ਲਈ ਅਤੇ ਕਹਿੰਦਾ ਉਹ ਸਪੈਨਿਸ਼ 'ਚ ਉਹਨੇ ਬੋਲਣਾ ਸ਼ੁਰੂ ਕਰਤਾ ਕਿ ਮੇਰੀ ਮਦਦ ਕਰ, ਮੇਰੀ ਮਦਦ ਕਰ, ਅਤੇ ਰੋਣ ਲੱਗ ਪਈ ਅਤੇ ਬਾਂਹ ਨਾ ਕਹਿੰਦਾ ਛੱਡੇ ਮੇਰੀ। ਫਿਰ ਉਹ ਕਹਿੰਦਾ ਲਾਗੇ ਜਾ ਕੇ ਜਦੋਂ ਮੈਂ ਦੇਖਿਆ ਅਤੇ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਪਈਆਂ ਸੀਗੀਆਂ, ਅਤੇ ਕਹਿੰਦਾ ਕੁੜੀ ਦਾ ਤਾਂ ਮੈਨੂੰ ਨਾਮ ਪੁੱਛਣ ਦਾ ਟਾਈਮ ਨਹੀਂ ਲੱਗਿਆ। ਅਤੇ 911 ਉਹਨੇ ਜਿਹੜੀ ਕਾਲ ਕੀਤੀ ਅਤੇ ਫਿਰ ਪੁਲਿਸ ਆਈ ਅਤੇ ਉਹਨਾਂ ਨੇ ਦੇਖਿਆ ਕਿ ਜਿਹੜਾ ਡਰਾਈਵਰ ਸੀਗਾ ਉਹ ਵੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਸੀਗਾ ਕਿਉਂਕਿ ਟਰੱਕ ਖਰਾਬ ਆ, ਹੁਣ ਖਾਲੀ ਜਗ੍ਹਾ ਤੋਂ ਕਿੱਥੇ ਭੱਜਣਾ ਸੀ ਉਹਨੇ। ਅਤੇ ਜਦੋਂ ਇਹਨਾਂ ਨੇ ਇਹਦਾ ਮੋਬਾਈਲ ਫੋਨ ਫੜਿਆ, ਮੋਬਾਈਲ ਫੋਨ ਦੇ ਵਿੱਚ ਮੈਸੇਜ ਸੀਗੇ ਇਹਦੇ, ਅਤੇ ਉਹ ਮੈਸੇਜ ਜਿਹੜਾ ਕੋਈ ਮਾਰਟੀਨਸ ਆ ਉਹਨੂੰ ਸੀਗੇ। ਉਹ ਬੰਦਾ ਗੱਡੀ ਨਹੀਂ ਚਲਾ ਰਿਹਾ ਸੀਗਾ, ਸੋ ਉਹ ਬੈਠਾ ਸੀਗਾ ਫੋਨ 'ਤੇ ਗੱਲ ਕਰ ਰਿਹਾ ਸੀਗਾ। ਪਰ ਦੇਖੋ ਕਿ ਫੋਨ 'ਤੇ ਗੱਲ ਕਰਨ ਦੇ ਵੀ ਜਦੋਂ ਤੁਸੀਂ ਇੱਦਾਂ ਦੇ ਕਿਸੇ ਕ੍ਰਾਈਮ ਜਾਂ ਲੋਅ ਦੀ ਵਾਇਲੇਸ਼ਨ 'ਚ ਜਾਂਦੇ ਆ ਤਾਂ ਜੇ ਬੰਦਾ ਮਰ ਜਾਵੇ ਤਾਂ ਜੇ ਤੁਹਾਡੀ ਸਿਰਫ ਫੋਨ ਦੇ ਵਿੱਚ ਹੀ ਭਾਗੀਦਾਰੀ ਆ ਹਿਊਮਨ ਸਮਗਲਿੰਗ ਦੇ ਵਿੱਚ, ਉਹਦੇ ਵਿੱਚ ਵੀ ਬੰਦੇ ਨੂੰ ਮੌਤ ਦੀ ਸਜ਼ਾ ਜਿਹੜੀ ਮਿਲ ਸਕਦੀ ਆ। ਖਬਰ ਦੱਸਣ ਦਾ ਕੀ ਮਕਸਦ ਹੈਗਾ? ਆਪਣੇ ਸਾਨੂੰ ਭਾਅ ਜੀ ਇੱਦਾਂ ਦੇ ਵੀ ਕਲਾਇੰਟਾਂ ਦੇ ਕਾਲ ਆਏ ਹੋਏ ਜਿਹੜੇ US ਸਿਟੀਜ਼ਨ ਸੀਗੇ ਆਪਣੇ ਰਿਸ਼ਤੇਦਾਰ ਵਗੈਰਾ ਨੂੰ ਲੈਣ ਗਏ ਪਰ ਪੁਲਿਸ ਦੀ ਝਮੇਟ 'ਚ ਆ ਗਏ ਅਤੇ 18 ਮਹੀਨੇ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪਿਆ। ਬਸ ਸਿਰਫ ਇਸ ਗੱਲ ਕਰਕੇ ਕਿ ਸਮਗਲਿੰਗ ਦੀ ਧਾਰਾ ਉਹਨਾਂ 'ਤੇ ਜਿਹੜੀ ਲੱਗ ਗਈ। ਕਈ ਇੱਦਾਂ ਦੇ ਵੀ ਆ ਕਿ ਟਰੱਕਾਂ 'ਤੇ ਰਾਈਡ ਦੇ ਦਿੱਤੀ ਕਿ ਕਿਸੇ ਦਾ ਦੋਸਤ ਆ ਰਿਹਾ ਸੀਗਾ ਕਿ ਆਹ ਬਾਰਡਰ 'ਤੇ ਇੱਦਾਂ, ਤਾਂ ਰਾਹ 'ਚ ਰੋਕ ਕੇ ਫੜ ਲਿਆ, ਬੰਦੇ ਦਾ ਕੇਸ ਚੱਲਦਾ ਪਿਆ। ਪਰ ਸਮਗਲਿੰਗ ਵਾਲੀ ਧਾਰਾ ਦੇ ਵਿੱਚ ਉਹਨੂੰ ਕਿ ਹਿਊਮਨ ਸਮਗਲਿੰਗ, ਸੋ ਕਮਿਊਨਿਟੀ ਨੂੰ ਚਲੋ ਹੈਲਪ ਜ਼ਰੂਰ ਚਾਹੀਦੀ ਹੁੰਦੀ ਹੈ ਇੱਕ ਦੂਜੇ ਤੋਂ, ਠੀਕ ਆ, ਪਰ ਇੱਕ ਹਿਊਮਨ ਸਮਗਲਿੰਗ ਵਾਲਾ ਜਿਹੜਾ ਐਲੀਮੈਂਟ ਆ ਇਹਨੂੰ ਚੇਤੇ ਰੱਖਿਓ ਜਦੋਂ ਵੀ ਹੁਣ ਸਾਨੂੰ ਕਾਲ ਕਰਦੇ ਆਪਾਂ
ਰੇਡੀਓ ਤੇ ਵੀ ਸਵਾਲ ਪੁੱਛਦੇ ਆ। ਦੇਖੋ ਹਰ ਵਾਰੀ ਆਪਾਂ ਕਹਿੰਦੇ ਕਿ ਨਹੀਂ ਆਪਾਂ ਜਿਹੜਾ ਬਾਰਡਰ ਟੱਪਣ ਦੀ ਆਪਾਂ ਸਲਾਹ ਨਹੀਂ ਦੇ ਸਕਦੇ, ਆਪਾਂ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ। ਸੋ ਇਹ ਸਿਰਫ ਸਾਡੇ ਵਕੀਲਾਂ ਤੇ ਨਹੀਂ ਗੱਲ ਲਾਗੂ ਹੁੰਦੀ ਹੈ, ਤੁਹਾਡੇ ਸਾਰਿਆਂ ਤੇ ਵੀ ਲਾਗੂ ਹੁੰਦੀ ਹੈ ਕਿ ਜੇ ਕੱਲ ਨੂੰ ਕੋਈ ਇਦਾਂ ਦੀ ਚੀਜ਼ ਹੋ ਗਈ ਤਾਂ ਮੈਸੇਜ ਮੁਸੇਜ ਉਹ ਪੜ੍ਹਦੇ ਆ ਕਿ ਬੰਦਾ ਬੰਦਾ ਕੋਈ ਮਰ ਗਿਆ ਬਾਰਡਰ ਤੇ, ਤੁਹਾਨੂੰ ਹੁਣ ਪਤਾ ਤਾਂ ਹੈ ਨਹੀਂ ਏਜੰਟਾਂ ਦਾ ਕਿੱਦਾਂ ਇਹਨਾਂ ਦਾ ਕਿਹੜਾ ਕੋਈ ਦੀਨ ਮਾਨ ਆ, ਜਿਹੜਾ ਕਹਿੰਦਾ 50 ਬੰਦਿਆਂ ਨੂੰ ਜਿਹੜਾ ਮਰਦਾ ਛੱਡ ਕੇ ਭੱਜ ਸਕਦਾ ਵਾ ਟ੍ਰੇਲਰ ਤੇ, ਉਹਨਾਂ ਦਾ ਉਹਨਾਂ ਦੀ ਹਾਂਜੀ। ਸੋ ਇੱਦਾਂ ਕਿ ਫਿਰ ਇਹਨਾਂ ਨੇ ਹੁਣ ਕੀ ਕੀਤਾ ਕਿ ਇਹਨਾਂ ਨੇ ਮੈਸੇਜ ਮੁਸੇਜ ਚੈੱਕ ਕੀਤੇ, ਉਹ ਬੰਦੇ ਸਾਰੇ ਇਹਨਾਂ ਨੇ ਫੜੇ। ਤੇ ਇਹ ਤੋਂ ਇਲਾਵਾ ਜਿੱਥੇ ਟਰੱਕ ਰਜਿਸਟਰ ਵੀ ਸੀਗਾ, ਗੱਡੀ ਗੁੱਡੀ ਜਿੱਥੇ ਰਜਿਸਟਰ ਵੀ ਹੁੰਦੀ ਹੈ, ਐਵੇਂ ਨਹੀਂ ਕਿ ਤੁਸੀਂ ਹਰ ਕਿਸੇ ਨੂੰ ਆਪਣਾ ਐਡਰੈਸ ਦੇ ਦਿਓ ਕਿ ਮੇਰੇ ਐਡਰੈਸ 'ਤੇ ਤੂੰ ਆਹ ਚੀਜ਼ ਭਰ ਦੇ ਉਹ ਚੀਜ਼ ਭਰ ਦੇ। ਫਿਰ ਇਹ ਉੱਥੇ ਗਏ, ਉੱਥੇ ਜਾ ਕੇ ਦੋ ਬੰਦੇ ਇਹਨਾਂ ਨੇ ਫੜੇ। ਉਹ ਉਹਨਾਂ ਦਾ ਸਮਗਲਿੰਗ ਦੇ ਨਾਲ ਤਾਂ ਨਹੀਂ ਕੋਈ ਲੈਣਾ ਦੇਣਾ ਸੀਗਾ, ਉਹਨਾਂ 'ਤੇ ਇਹਨਾਂ ਨੇ ਹੋਰ ਚਾਰਜਿਸ ਚੁਰਜਿਸ ਪਾ ਦਿੱਤੇ ਕਿ ਇਹਨਾਂ ਦੇ ਕੋਲ ਜਿਹੜੀ ਫਾਇਰ ਆਰਮ ਬੰਦੂਕਾਂ ਬੰਦਾਕਾਂ ਮਿਲੀਆਂ ਉਹਨਾਂ ਕੋਲ, ਤਾਂ ਉਹ ਕਹਿੰਦੇ ਕਿ ਜਿਹੜੇ ਫਾਇਰ ਆਰਮ ਆ ਇਮੀਗ੍ਰੈਂਟ ਜਿਹੜਾ ਬੰਦਾ ਲੈ ਨਹੀਂ ਸਕਦਾ। ਸੋ ਜਿਹੜੇ ਉਹ ਰੂਮਮੇਟ ਵਗੈਰਾ ਸੀਗੇ ਉਹਨਾਂ ਨੂੰ ਵੀ 10-10 ਸਾਲ ਦੀ ਜਿਹੜੀ ਸਜ਼ਾ ਉਹਦੀਆਂ ਧਾਰਾਵਾਂ ਉਹਨਾਂ 'ਤੇ ਲਾਈਆਂ, ਸੋ ਉਹਨਾਂ 'ਤੇ ਵੀ ਹੁਣ ਜਿਹੜੇ ਮੁਕੱਦਮੇ ਉਹ ਪੈ ਗਏ ਆ, ਅਤੇ 10 ਸਾਲ ਲਈ ਉਹ ਵੀ ਜੇਲ੍ਹ ਜਿਹੜੇ ਜਾ ਸਕਦੇ ਆ ਦੋ ਜਣੇ ਹੋਰ। ਜੀ ਜੀ, ਇਹ ਬੜਾ ਇੱਦਾਂ ਦਾ ਕੰਮ ਆ। ਚਲੋ ਜਿੱਦਾਂ ਤੁਸੀਂ ਕਿਹਾ ਵੀ ਕਈ ਦੀ ਮਦਦ ਤਾਂ ਚਲੋ ਆਪਾਂ ਕਰਦੇ ਹਾਂ ਕਿਸੇ ਨਾ ਕਿਸੇ ਦੀ, ਪਰ ਧਿਆਨ ਦੇ ਨਾਲ ਜਿਹੜਾ ਭਾਈ ਇਸ ਦੇ ਵਿੱਚ ਚੱਲਣਾ ਚਾਹੀਦਾ। ਅਗਲੀ ਗੱਲ ਕਰੀਏ ਇਮੀਗ੍ਰੇਸ਼ਨ ਜੱਜਿਸ ਦੀ, ਜਿਹੜੀ ਯੂਨੀਅਨ ਆ ਉਹ ਜਿਹੜੀ ਰੈਕੋਗਨਾਈਜੇਸ਼ਨ ਦੀ ਮੰਗ ਕਰ ਰਹੀ ਹੈਗੀ ਆ। ਜਿਹੜੇ ਟੌਪ ਜੱਜ ਉਹਨਾਂ ਦੇ ਮੇਨ ਮੁੱਖ ਜੱਜ ਸੀਗੇ ਉਹਨਾਂ ਉਹ ਛੱਡ ਗਏ ਨੇ ਉਸ ਚੀਜ਼ ਨੂੰ ਜੀ। ਸੋ ਇੱਕ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਿਸ ਹੈਗੀ ਆ, ਇਹਨਾਂ ਨੇ ਦੁਬਾਰਾ ਆਪਣੀ ਮੰਗ ਕੀਤੀ ਕਿ ਸਾਨੂੰ ਯੂਨੀਅਨ ਦਾ ਦਰਜਾ ਦਿੱਤਾ ਜਾਵੇ। ਸੋ ਕੀ ਸੀਗਾ ਕਿ ਆਪਾਂ ਡਿਸਕਸ ਵੀ ਕੀਤਾ ਸੀਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਦੋਂ ਆਈ ਉਹ ਕਹਿੰਦੇ ਕਿ ਜੱਜ ਯੂਨੀਅਨ ਦੇ ਮੈਂਬਰ ਮੁੰਬਰ ਨਹੀਂ ਹੈਗੇ। ਉਹ ਬੇਸਿਕਲੀ ਇਹ ਚਾਹੁੰਦੇ ਸੀਗੇ ਕਿ ਜੱਜਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਆਪਾਂ ਕੰਟਰੋਲ ਕਰ ਸਕੀਏ, ਜਿਹੜਾ ਸਿਸਟਮ ਆ ਉਹਨੂੰ ਆਪਾਂ ਆਪਣੇ ਹਿਸਾਬ ਨਾਲ ਚਲਾ ਸਕੀਏ। ਸੋ ਉਹਨਾਂ ਨੇ ਜਿਹੜਾ ਜੱਜਾਂ ਦੀ ਯੂਨੀਅਨ ਦਾ ਦਰਜਾ ਖੋਲਿਆ ਸੀਗਾ। ਸੋ ਇਹ ਜਿਹੜਾ ਜੱਜਾਂ ਦਾ ਕੇਸ ਜਿਹੜੇ ਹੈਗੇ ਆ ਹੁਣ ਕੀ ਹੋ ਗਿਆ, ਟ੍ਰਿਪਲ ਹੋ ਗਏ ਆ 2017 ਤੋਂ ਲੈ ਕੇ ਹੁਣ ਤੱਕ। ਅਤੇ 1.8 ਮਿਲੀਅਨ, ਆਪਾਂ ਕੁਛ ਮਹੀਨੇ ਪਹਿਲਾਂ ਗੱਲ ਕੀਤੀ ਸੀ 1.5 ਮਿਲੀਅਨ ਸੀਗੇ, ਹੁਣ 1.8 ਮਿਲੀਅਨ ਕੇਸਿਸ ਦਾ ਜਿਹੜਾ ਬੈਕਲੌਗ ਹੋ ਗਿਆ, ਜਿਹੜੇ ਕਾਫੀ ਸਾਲਾਂ ਤੋਂ ਪੈਂਡਿੰਗ ਜਿਹੜੇ ਉਹ ਚੱਲ ਰਹੇ ਆ। ਅਤੇ ਟ੍ਰੇਸੀ ਸ਼ੋਟ ਜਿਹੜਾ ਚੀਫ ਇਮੀਗ੍ਰੇਸ਼ਨ ਜੱਜ ਸੀਗਾ ਜੂਨ 2020 'ਚ, ਇਹਨੂੰ ਵਿਲੀਅਮ ਬਾਰ ਜਿਹੜਾ ਟਰੰਪ ਹੁਣਾਂ ਦਾ ਅਟਾਰਨੀ ਜਨਰਲ ਉਹਨਾਂ ਨੇ ਅਪੁਆਇੰਟ ਕੀਤਾ ਸੀਗਾ। ਸੋ ਇਹ ਜਿਹੜਾ ਜੱਜ ਸੀਗਾ ਇਹ ਕਹਿੰਦਾ ਜੁਲਾਈ 30 ਨੂੰ ਮੈਂ ਸਟੈਪ ਡਾਊਨ ਕਰ ਰਿਹਾ ਕਿਉਂਕਿ ਬਹੁਤ ਜ਼ਿਆਦਾ ਡਿਫੀਕਲਟ ਹੋ ਗਿਆ ਇਮੀਗ੍ਰੇਸ਼ਨ ਜੱਜਾਂ ਲਈ, ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਸਫ਼ਰ ਜਿਹੜਾ ਅੱਗੇ ਤੈਅ ਕਰ ਸਕਦਾ। ਇਹ ਜਿਹੜਾ ਜੱਜ ਸੀਗਾ ਲੌਂਗ ਟਰਮ ਗਵਰਨਮੈਂਟ ਅਟਾਰਨੀ ਸੀਗਾ, ਕਾਫੀ ਐਕਸਪੀਰੀਅੰਸ ਸੀਗਾ ਇਮੀਗ੍ਰੇਸ਼ਨ ਦਾ, ਅਤੇ ਕੁਛ ਦੱਸਿਆ ਨਹੀਂ ਇਹਨਾਂ ਨੇ ਕਿ ਕਿਉਂ ਆਪਾਂ ਛੱਡ ਕੇ ਜਾ ਰਹੇ ਹਾਂ। ਅਤੇ ਸੈਨੇਟਰ ਚੱਕ ਗ੍ਰਾਸਲੀ ਅਤੇ ਰਿਪ੍ਰੈਜੈਂਟੇਟਿਵ ਜਿਹੜੇ ਜਿਮ ਜੋਰਡਨ ਹੈਗੇ ਆ, ਜਿਹੜੇ ਦੋ ਟੌਪ ਰਿਪਬਲਿਕਨ ਹੈਗੇ ਆ, ਇਹਨਾਂ ਨੇ ਅਟਰਨੀ ਜਿਹੜੇ ਗਾਰਲੈਂਡ ਅਟਰਨੀ ਜਨਰਲ ਗਾਰਲੈਂਡ ਆ ਉਹਨੂੰ ਕਿਹਾ ਕਿ ਕਾਫੀ ਜ਼ਿਆਦਾ ਜਿਹੜੇ ਮਲਟੀਪਲ ਇਮੀਗ੍ਰੇਸ਼ਨ ਜੱਜ ਆ, ਸਪੈਸ਼ਲੀ ਜਿਹੜੇ ਟਰੰਪ ਸਰਕਾਰ ਨੇ ਜਿਹੜੇ ਅਪੁਆਇੰਟ ਕੀਤੇ ਸੀਗੇ, ਉਹ ਕਾਫੀ ਜ਼ਿਆਦਾ ਉਹਨਾਂ ਨੂੰ ਬੈਕਲੈਸ਼ ਮਿਲ ਰਿਹਾ। ਆਪਾਂ ਦੇਖਿਆ ਕਿ ਜੱਜ ਦਾ ਮੈਂ ਨਾਮ ਨਹੀਂ ਲਊਂਗਾ, ਸੈਨਫ੍ਰਾਂਸਿਸਕੋ ਵੀ ਇੱਕ ਜੱਜ ਸੀਗਾ, 5% ਉਹਦੀ ਰੇਟਿੰਗ ਸੀਗੀ ਪੰਜਾਬੀਆਂ ਦੇ ਕੇਸ ਬਹੁਤ ਫੇਲ ਕਰਦਾ ਸੀਗਾ, ਉਹ ਵੀ ਆਪਣਾ ਛੱਡ ਕੇ ਜਿਹੜਾ ਚੱਲ ਗਿਆ, ਅਤੇ ਪੰਜਾਬੀਆਂ ਨੇ ਸ਼ੁਕਰ ਮਨਾਇਆ ਕਿ ਯਾਰ ਇਹ ਜੱਜ ਗਿਆ, ਉਹਦੀ 5% ਰੇਟਿੰਗ ਸੀਗੀ। ਅਤੇ ਜਦੋਂ ਉਹ ਜੱਜ ਗਿਆ ਉਹਨੇ ਕਮੈਂਟ ਮਾਰਿਆ ਕਿ ਜਿਹੜੇ ਬਾਕੀ ਸੈਨਫ੍ਰਾਂਸਿਸਕੋ ਦੇ ਜਿਹੜੇ ਜੱਜ ਆ ਇਹ ਵਧੀਆ ਨਹੀਂ ਹੈਗੇ, ਇਹ ਸਹੀ ਤਰੀਕੇ ਨਾਲ ਕਰਦੇ ਨਹੀਂ, ਇਹ ਬੜਾ ਮਾੜਾ ਕੋਰਟ ਆ। ਅਤੇ ਕਿਉਂਕਿ ਓਬਵੀਅਸਲੀ ਸੈਨਫ੍ਰਾਂਸਿਸਕੋ ਇੱਕ ਇੱਦਾਂ ਦਾ ਕੋਰਟ ਆ ਜਿਹ 'ਚ ਹਾਈਐਸਟ ਪਾਸ ਰੇਟ ਜਿਹੜਾ ਉਹ ਸੀਗਾ। ਸੋ ਇੱਦਾਂ ਦੇ ਕਾਫੀ ਜਿਹੜੇ ਜੱਜ ਸੀਗੇ, ਹੁਣ ਜਦੋਂ ਸਰਕਾਰ ਇਹ ਆਈ ਹੈ ਇਹ ਛੱਡ ਕੇ ਜਾ ਰਹੇ ਆ ਕਿ ਸਰਕਾਰ ਨੇ ਰੂਲ ਬੜੇ ਰਿਲੈਕਸ ਕੀਤੇ, ਜੋ ਵੀ ਇਹਨਾਂ ਦੀ ਆਪਣੀ ਆਪਣੀ ਰੀਜ਼ਨਿੰਗ ਆ। ਪਰ ਹੁਣ ਇੱਦਾਂ ਕਿ ਇਹ ਇਹ ਆਰੋਪ ਲਾ ਰਹੇ ਹੁਣ ਇਹ ਇਮੀਗ੍ਰੈਂਟਾਂ ਲਈ ਵਧੀਆ, ਉਹ ਕਹਿੰਦੇ ਠੀਕ ਹੈ ਸਾਨੂੰ ਕੀ ਲੈਣਾ ਜੱਜਾਂ, ਚੰਗਾ ਜਿਹੜੇ ਸਟ੍ਰਿਕਟ ਜੱਜ ਅਜੇ ਨਿਕਲ ਜਾਣ ਤਾਂ ਲੋਕਾਂ ਦੇ ਕੇਸ ਪਾਸ ਹੋ ਗਏ, ਚਾਹੁੰਦੇ ਆਪਾਂ ਵੀ ਉਹੀ ਐਜ਼ ਅ ਇਮੀਗ੍ਰੇਸ਼ਨ ਲਾਇਰ ਕਿ ਚੱਲ ਠੀਕ ਹੈ ਬਹਿਸ ਬੂਸ ਘੱਟ ਕਰਨੀ ਪਊਗੀ, ਜਿਹੜੇ ਸੌਖੇ ਜੱਜ ਆ ਥੋੜ੍ਹੀ ਜਿਹੀ ਲਾਈਫ ਸੌਖੀ ਹੋ ਜਾਂਦੀ, ਜਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਅੰਦਾਜ਼ਾ ਜਿਹਾ ਹੁੰਦਾ ਬੰਦੇ ਨੂੰ ਕਿ ਇਹਨੇ ਫੇਅਰ ਜਿਹਾ ਰਹਿਣਾ। ਅਤੇ ਜਿਹੜਾ ਟਾਈਟ ਰੇਟਿੰਗ ਵਾਲੇ ਜਿਹੜੇ ਜੱਜ ਆ ਉਹ ਲੋਕਾਂ ਨੂੰ ਵੀ ਪਤਾ ਕਿ 10-15 ਰੇਟਿੰਗ ਵਾਲੇ ਜੱਜ ਆ ਉਹ ਫਿਰ ਰੱਬ ਆਸਰੇ ਕਈ ਵਾਰੀ ਰਹਿੰਦਾ ਬੰਦਾ ਕਿ ਯਾਰ ਸਾਰਾ ਕੁਛ ਸਹੀ ਵੀ ਬੋਲਤਾ ਤਾਂ ਵੀ ਆਪਣੀ ਬਿਨਾਂ ਮਤਲਬ ਦੇ ਕਿ ਨਹੀਂ ਤੂੰ ਰੀਲੋਕੇਟ ਕਰ ਸਕਦਾ ਕਿਤੇ ਜਾ ਸਕਦਾ, ਇੱਦਾਂ ਡਿਨਾਈ ਵਗੈਰਾ ਕਰ ਦਿੰਦੇ ਸੀਗੇ। ਸੋ ਇਹ ਕੀ ਕਹਿੰਦੇ ਆ, ਇਹ ਕਹਿੰਦੇ ਆ ਕਿ ਇਹ ਜਿਹੜੇ ਇਹਨਾਂ ਨੇ ਇਹ ਕਹਿੰਦੇ ਕਿ ਜਿਹੜੀ ਬਾਈਡਨ ਸਰਕਾਰ ਆ ਅਤੇ ਜਿਹੜੇ ਲੈਫਟ ਲੀਨਿੰਗ ਇਮੀਗ੍ਰੇਸ਼ਨ ਲੋਇਰ ਹੈਗੇ ਆ ਕਹਿੰਦੇ ਇਹਨਾਂ ਨੇ ਰਲ ਕੇ ਜਿਹੜਾ ਸਾਡੇ ਲਈ ਮਾਹੌਲ ਇੱਦਾਂ ਦਾ ਪੈਦਾ ਕਰਤਾ ਕਿ ਆਪਾਂ ਜਿਹੜੇ ਆ ਸੈਨਫ੍ਰਾਂਸਿਸਕੋ ਨਿਊਯੋਰਕ ਇਹਨਾਂ ਦੇ ਕੋਰਟਾਂ ਦੇ ਵਿੱਚ ਆਪਾਂ ਕੰਮ ਨਹੀਂ ਕਰ ਸਕਦੇ। ਅਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਬਾਕੀ ਦੇ ਕੋਰਟ ਆ ਓਰੀਗਨ, ਟੈਕਸਸ, ਲੂਈਜ਼ੀਆਨਾ, ਜੋਰਜੀਆ, ਜਿੱਥੇ ਇਹਨਾਂ ਦੀ ਪੂਰੀ ਫਿਰ ਚੱਲਦੀ ਆ ਉੱਥੇ ਫਿਰ ਇੱਦਾਂ ਆ ਗਈ, ਫਿਰ ਉੱਥੇ ਛੱਡਦੇ ਵੀ ਨਹੀਂ ਬੰਦੇ ਕਿਸੇ ਨੂੰ, ਉੱਥੇ ਕਿਸੇ ਦੀ 2% ਰੇਟਿੰਗ ਆ, ਕਿਸੇ ਦੀ 10% ਰੇਟਿੰਗ ਆ। ਸੋ ਜਿਹੜੀ ਇਹ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਿਸ ਦੀ ਸੀਗੀ, ਇਹ 1971 ਦੇ ਵਿੱਚ ਇਹਨਾਂ ਨੇ ਸਟੈਬਲਿਸ਼ ਕੀਤੀ ਸੀਗੀ।
ਇਹਨਾਂ ਦਾ ਮਕਸਦ ਇਹੀ ਸੀਗਾ ਕਿ ਇਹਨਾਂ ਨੂੰ ਵੀ ਥੋੜ੍ਹੀ ਜਿਹੀ ਆਜ਼ਾਦੀ ਹੋਵੇ, ਖੁੱਲ੍ਹ ਹੋਵੇ ਆਪਣੇ ਹੱਕਾਂ ਨੂੰ ਅੱਗੇ ਰੱਖਣ ਦੀ। ਸਹੀ ਗੱਲ ਆ, ਇਹਨਾਂ ਦੀ ਹੋਣੀ ਵੀ ਚਾਹੀਦੀ ਆ। ਸੋ ਇਹ ਕਹਿੰਦੇ ਆ ਕਿ ਜਿਹੜੀ ਸਰਕਾਰ ਆ ਗਈ ਕਦੀ ਉਹ ਕਹਿੰਦੇ ਤੁਸੀਂ ਇੱਧਰ ਨੂੰ ਚੱਲ ਜਾਓ, ਕਦੀ ਕਹਿੰਦੇ ਇੱਧਰ ਨੂੰ ਚੱਲ ਜਾਓ। ਇਹ ਗੱਲ ਜਿਹੜੀ ਸਹੀ ਨਹੀਂ ਹੈ ਕਿ ਆਪਾਂ ਜੱਜਾਂ, ਆਪਾਂ ਵੀ ਸਾਡਾ ਵੀ ਕੋਈ ਵਜੂਦ ਆ, ਆਪਾਂ ਵੀ ਆਪਣੇ ਹਿਸਾਬ ਨਾਲ ਸੋਚ ਸਕੀਏ। ਇਹ ਨਹੀਂ ਕਿ ਸਰਕਾਰਾਂ ਸਾਨੂੰ ਕਹਿ ਦੇ ਕਿ ਡਿਸਮਿਸ ਕਰ ਦਿਓ ਤੇ ਡਿਸਮਿਸ ਹੋ ਜਾਣ ਕੇਸ। ਤਾਂ ਜਿਹੜੀ ਟਰੰਪ ਸਰਕਾਰ ਜਦੋਂ ਆਈ ਸੀ, ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਯੂਨੀਅਨ ਦਾ ਸਟੇਟਸ ਵਾਪਸ ਲੈ ਲਓ। ਟਰੰਪ ਸਰਕਾਰ ਨੇ ਜਿਹੜੇ ਉਦੋਂ ਪੰਜਾਬੀ ਆਏ ਸੀ ਉਹਨਾਂ ਨੂੰ ਯਾਦ ਹੋਣਾ ਕਿ ਟਰੰਪ ਸਰਕਾਰ ਕਹਿੰਦੀ ਕਿ ਹਰੇਕ ਜੱਜ ਨੇ ਸਾਲ ਦੇ ਵਿੱਚ 700 ਕੇਸ ਜਿਹੜੇ ਡਿਸਾਈਡ ਕਰਨੇ ਆ। 365 ਦਿਨ ਹੁੰਦੇ ਆ ਸਾਲ ਦੇ ਵਿੱਚ, ਸਾਰੇ ਵਰਕਿੰਗ ਨਹੀਂ ਹੁੰਦੇ, ਵੀਕਐਂਡ ਵੂਕਐਂਡ ਤੁਸੀਂ ਕੱਟ ਲਓ ਤੇ ਕਹਿ ਲਓ ਕਿ 700 ਕੇਸ ਕਹਿੰਦਾ ਸਾਲ ਦੇ ਤੁਸੀਂ ਡਿਸਾਈਡ ਕਰਨੇ ਆ। ਮਤਲਬ ਕਿ ਇੱਕ ਦਿਨ 'ਚ ਕਹਿੰਦਾ ਕਿ 3-4 ਕੇਸਾਂ ਦਾ ਜਿਹੜਾ ਨਿਪਟਾਰਾ ਕਰਨਾ। ਕਹਿਣ ਦਾ ਮਤਲਬ ਕਿ ਪਹਿਲਾ ਲੰਚ ਦਾ ਜਿਹੜਾ ਸੈਸ਼ਨ ਹੁੰਦਾ 3-3.5 ਘੰਟੇ ਦਾ, ਉਹਦੇ ਵਿੱਚ ਤੁਸੀਂ 3 ਕੇਸ ਕਰਨੇ ਆ। ਸਾਰਿਆਂ ਨੂੰ ਪਤਾ ਕਿ ਕਿੰਨੀ ਦੇਰ ਲੱਗਦੀ ਹੈ ਨਾ। ਤਾਂ ਉਦੋਂ ਕੀ ਹੋ ਰਿਹਾ ਸੀਗਾ ਕਿ ਜੱਜ ਥੋੜ੍ਹੇ ਸਤੇ ਪਏ ਸੀਗੇ, ਉਹਨਾਂ ਨੇ ਬਸ 40 ਦਿਨ 50 ਦਿਨ ਚੱਲ ਪਈ, ਇੱਧਰ ਕੇਸ ਅਪਰੂਵ ਉੱਧਰ ਕੇਸ ਅਪਰੂਵ, ਬੜੇ ਲੋਕਾਂ ਦੀ ਲੋਟਰੀ ਲੱਗੀ, ਬੜੇ ਕੇਸ ਜਿਹੜੇ ਸੀਗੇ ਪੰਜਾਬੀਆਂ ਦੇ, ਬਹੁਤ ਕੇਸ ਉਦੋਂ ਉਹ ਵਾਲੇ ਟਾਈਮ ਦੇ ਵਿੱਚ ਪਾਸ ਹੋਏ। ਅਤੇ ਫਿਰ ਟਰੰਪ ਹੋਣਾ ਵੀ ਲੱਗਾ ਕਿ ਯਾਰ ਇਹ ਤਾਂ ਆਪਾਂ ਲੋਕਾਂ ਨੂੰ ਟੰਗਣਾ ਸੀਗਾ, ਇਹ ਤਾਂ ਕੰਮ ਪੁੱਠਾ ਹੋ ਗਿਆ। ਅਤੇ ਜਦੋਂ ਤੁਸੀਂ ਜੱਜ ਨੂੰ ਕਹੋ ਕਿ 20 ਮਿੰਟ ਜਿਹੜਾ ਕੇਸ ਉਹ ਡਿਸਾਈਡ ਕਰ, ਅਤੇ ਫਿਰ ਟਰੰਪ ਨੇ ਉਦੋਂ ਕੀ ਕੀਤਾ ਸੀਗਾ ਕਿ ਉਹਨਾਂ ਨੇ ਆਪਣੀ ਪੋਲੀਟਿਕਸ ਖੇਡਦੇ ਹੋਏ ਜਿਹੜਾ ਫੈਡਰਲ ਲੇਬਰ ਰਿਲੇਸ਼ਨ ਅਥਾਰਟੀ ਹੈਗੀ ਆ ਉਹਨੂੰ ਕਿਹਾ ਕਿ ਇਹਦਾ ਜਿਹੜਾ ਯੂਨੀਅਨ ਦਾ ਸਟੇਟਸ ਆ ਉਹ ਵਾਪਸ ਲੈ ਲਓ। ਉਹਨਾਂ ਨੇ ਆਪਣੀ ਆਰਗੂਮੈਂਟ ਇਹ ਦਿੱਤੀ ਸੀ ਕਿ ਜਿਹੜੇ ਜੱਜ ਆ ਨਾ ਇਹ ਵਰਕਰ ਨਹੀਂ ਹੈਗੇ, ਇਹ ਮੈਨੇਜਮੈਂਟ ਇੰਪਲੋਈ ਵਾਂਗੂ ਹੈਗੇ ਆ ਕੰਪਨੀ ਦੇ। ਸੋ ਜਿਹੜੀ ਮੈਨੇਜਮੈਂਟ ਇੰਪਲੋਈ ਹੁੰਦੇ ਆ ਉਹਨਾਂ ਕੋਲ ਬਾਰਗੇਨਿੰਗ ਪਾਵਰ ਨਹੀਂ ਹੈਗੀ ਕਿ ਉਹ ਆਪਣੇ ਹੱਕਾਂ ਦੀ ਮੰਗ ਕਰ ਸਕਣ। ਇਹ ਕੋਈ ਲੇਬਰ ਯੂਨੀਅਨ ਦਾ ਪਾਰਟ ਨਹੀਂ ਹੈਗੇ, ਇਹਨਾਂ ਨੂੰ ਜੋ ਆਪਾਂ ਕਹਿਣਾ ਇਹਨਾਂ ਨੂੰ ਉਹ ਕਰਨਾ ਪੈਣਾ। ਅਤੇ ਇਹ ਜਿਹੜੀ ਯੂਨੀਅਨ ਸੀਗੀ ਇਹਦੇ ਵਿੱਚ 550 ਜਿਹੜੇ ਜਿੰਨੇ ਵੀ ਜੱਜ ਸੀਗੇ ਤਕਰੀਬਨ ਸਾਰੇ ਮੈਂਬਰ ਸੀਗੇ, ਉਹਨਾਂ ਨੇ ਸਾਰਿਆਂ ਨੇ ਹੁਣ ਚਿੱਠੀ ਲਿਖੀ ਆ ਸਰਕਾਰ ਨੂੰ, ਕਿਉਂਕਿ ਹੁਣ ਜਿਹੜੀ ਇਹ ਕਮੇਟੀ ਆ ਇਹਦੇ ਵਿੱਚ 3 ਡੈਮੋਕ੍ਰੈਟਸ ਜਿਹੜੇ ਉੱਤੇ ਉਹ ਆ ਗਏ ਆ, ਉਹਨਾਂ ਨੂੰ ਲੱਗਦਾ ਕਿ ਹੁਣ ਸ਼ਾਇਦ ਜਿਹੜੇ ਡੈਮੋਕ੍ਰੈਟਸ ਆ ਉਹ ਦੁਬਾਰਾ ਇਹਨੂੰ ਯੂਨੀਅਨ ਦਾ ਦਰਜਾ ਜਿਹੜਾ ਉਹ ਦੇ ਸਕਦੇ ਆ, ਅਤੇ ਉਹਨਾਂ ਨੂੰ ਲੱਗਦਾ ਕਿ ਇਹ ਸਹੀ ਚੀਜ਼ ਆ। ਸੋ ਮੈਨੂੰ ਵੀ ਇਹੀ ਲੱਗਦਾ ਕਿ ਠੀਕ ਆ, ਭਾਵੇਂ ਆਪਾਂ ਪ੍ਰੋ ਇਮੀਗ੍ਰੈਂਟ ਰਹਿੰਦੇ ਹਾਂ, ਪਰ ਇੱਦਾਂ ਕਿ ਜੱਜਾਂ ਨੇ ਇੱਦਾਂ ਨਹੀਂ ਕਰਨਾ ਚਾਹੀਦਾ ਕਿ ਪਿੰਗ ਪੋਂਗ ਗੇਂਦ ਵਾਂਗੂ ਕਿ ਜਦੋਂ ਜਿਹੜੀ ਸਰਕਾਰ ਆਈ ਚੱਕ ਕੇ ਜਿੱਧਰ ਮਰਜ਼ੀ ਸੁੱਟਦਾ। ਹਾਂਜੀ, ਇੱਕ ਓਬਜੈਕਟਿਵ ਕ੍ਰਾਈਟੀਰੀਆ ਚਾਹੀਦਾ ਤਾਂ ਕਿ ਵਕੀਲ ਵੀ ਇੱਕ ਪ੍ਰਡਿਕਟੇਬਲ ਵੇ 'ਚ ਕੰਮ ਕਰ ਸਕਣ। ਅੱਜ ਕੋਈ ਰੂਲ ਕਰ ਦਿੰਦੇ ਆ, ਕੱਲ੍ਹ ਕੋਈ ਰੂਲ ਕਰ ਦਿੰਦੇ ਆ, ਅਤੇ ਆਪਾਂ ਕਲਾਇੰਟ ਨੂੰ ਅੱਜ ਪੀ ਡੀ ਦੀ ਗੱਲ ਕਰ ਰਹੇ ਹਾਂ, ਜਦੋਂ ਤੱਕ ਕਲਾਇੰਟ ਦਾ ਮਨ ਬਣਦਾ ਕਿ ਮੈਂ ਪੀ ਡੀ ਲੈਣੀ ਆ, ਉਹ ਕਹਿੰਦੇ ਪੀ ਡੀ ਚੱਲ ਗਈ ਹੈ, ਹੈ ਨਾ। ਸੋ ਸਾਰਿਆਂ ਨੂੰ ਫਾਇਦਾ ਹੋਊਗਾ ਕਿ ਸਟੇਬਲ ਇਮੀਗ੍ਰੇਸ਼ਨ ਸਿਸਟਮ ਚਾਹੀਦਾ ਕਿ ਰੂਲ ਰੈਗੂਲੇਸ਼ਨ ਵਾਲਾ, ਅਤੇ ਕਲਾਇੰਟਾਂ ਨੂੰ ਵੀ ਪਤਾ ਹੋਵੇ, ਨਹੀਂ ਤਾਂ ਕਲਾਇੰਟ ਵੀ ਭੁਲੇਖੇ 'ਚ ਕੋਈ ਕੋਈ ਓਲਡ ਲਾਅ ਦੱਸੀ ਜਾਂਦਾ, ਕੋਈ ਨਿਊ ਲਾਅ ਦੱਸੀ ਜਾਂਦਾ। ਸੋ ਦੇਖਦੇ ਹਾਂ ਕਿ ਆਉਣ ਵਾਲੇ 6 ਮਹੀਨਿਆਂ 'ਚ ਕੀ ਹੁੰਦਾ। ਜੱਜਾਂ ਨੇ ਵੀ ਫਿਰ ਆਪਣੀ ਫਾਈਟ ਜਿਹੜੀ ਉਹ ਜਾਰੀ ਕਰਤੀ ਹੈ। ਇਹ ਜੱਜਾਂ ਦੀ ਗੱਲ ਕਰਦੇ, ਕੋਈ ਆਮ ਬੰਦੇ ਨਹੀਂ ਗੱਲ ਕਰਦੇ। ਜੱਜ ਤੱਕ ਪਹੁੰਚਣਾ ਕੋਈ ਸੌਖਾ ਕੰਮ ਨਹੀਂ ਆ, ਉਹਨਾਂ ਨੂੰ ਵੀ ਗੇਂਦਾਂ ਗੁਜਰੇ ਆ, ਕਦੀ ਕੋਈ ਕਿਹੜੇ ਪਾਸੇ ਕਦੀ ਕਿਸੇ ਪਾਸੇ, ਸੋ ਵੀ ਸਤੇ ਪਏ ਆ ਇਸ ਗੱਲੋਂ। ਸੋ ਦੇਖੋ ਅੱਗੇ ਕੀ ਬਣਦਾ ਇਸ ਨੂੰ।